ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਤਾਰਾ ਸਿੰਘ ਜੋ ਬਾਲੀਵੁੱਡ ਕੇ ਬਦਲਤੇ ਹੋਏ ਮੌਸਮ ਦੇ ਨਾਲ ਨਾਲ ਉੱਤੇ ਥੱਲੇ ਹੁੰਦਾ ਰਹਿੰਦਾ ਹੈ ਅਤੇ ਅੱਜ ਮੈਂ ਨਾ ਹਿੰਦੀ ਬੋਲਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਅਗਲੀ ਗਾਲ ਨਹੀਂ ਕੱਢਣੀ ਆਈ ਮੀਨ ਟੂ ਸੇ ਗੱਲ ਬਾਲੀਵੁੱਡ ਅਤੇ ਬਾਲੀਵੁੱਡ ਦੋਨਾਂ ਦੀ ਹੈ ਡੂ ਯੂ ਨੋ ਸਾਡੇ ਦਿਲਜੀਤ ਦੋਸਾਂਝ ਨੇ ਹੁਣ ਹੈਵੀ ਹੈਵੀ ਕੋਟ ਲਾ ਦਿੱਤੇ ਨੇ ਅਤੇ ਹੁਣ ਟੀ ਸ਼ਰਟ ਅਤੇ ਨਿੱਕਰ ਪਾ ਲਈ ਹੈ ਨਹੀਂ ਉਹਨਾਂ ਦੇ ਪੇਤ ਨਹੀਂ ਨਿਕਲੀ ਉਹ ਆਪਣੀ ਅਗਲੀ ਫਿਲਮ ਲੈ ਕੇ ਆ ਰਹੇ ਨੇ ਸੂਰਮਾ ਹਾਂ ਭਾਵੇਂ ਸੂਰਮਾ ਪੰਜਾਬ ਨੂੰ ਬਿਲੋਂਗ ਕਰਦਾ ਹੈ ਲੇਕਿਨ ਫਿਲਮ ਬਾਲੀਵੁੱਡ ਨੂੰ ਬਿਲੋਂਗ ਕਰੇਗੀ ਹਾਂ ਉਹ ਯਾਰ ਆਪਣਾ ਇੱਕ ਹੋਰ ਮੁੰਡਾ ਹੈਗਾ ਉਹ ਗਿਟਾਰ ਵਾਲਾ ਹਾਂ ਜੱਸੀ ਗਿੱਲ ਉਹਨਾਂ ਦੀ ਵੀ ਫਿਲਮ ਆ ਰਹੀ ਹੈ ਹੈਪੀ ਭੱਜ ਜਾਏਗੀ ਟੂ ਪਰ ਮੇਰੀ ਗੱਲ ਸੁਣੋ ਜੇ ਹੈਪੀ ਨੇ ਫਿਰ ਭੱਜ ਜਾਣਾ ਤਾਂ ਤੁਸੀਂ ਫਿਲਮ ਬਣਾਈ ਕਿਉਂ ਹੈ ਉਹਨੂੰ ਫੜ ਕੇ ਰੱਖੋ ਜਿੱਦਾਂ ਉਹ ਭੱਜ ਰਹੀ ਹੈ ਨਾ ਮੈਨੂੰ ਨਹੀਂ ਲੱਗਦਾ ਉਹ ਫਿਲਮ ਬਣਾ ਰਹੀ ਹੈ ਉਹ ਕਿਤੇ ਓਲੰਪਿਕਸ ਦੀ ਤਿਆਰੀ ਕਰ ਰਹੀ ਹੈ ਗਰਮੀ ਹੋਈ ਪਈ ਹੈ ਤਿਆਰੀ ਕਰ ਕਿੱਦਾਂ ਰਹੀ ਹੈ ਚਲੋ ਖੈਰ ਕੋਈ ਗੱਲ ਨਹੀਂ ਤੁਸੀਂ ਵੇਖੋ ਮੈਂ ਉਹਨਾਂ ਨੂੰ ਤਿਆਰੀ ਕਰਦੇ ਵੇਖਦਾ ਤੇ ਨਾਲੇ ਉਹਨਾਂ ਨੂੰ ਜੂਸ ਪਿਲਾ ਕੇ ਆਉਣਾ